ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫੈਕਟਿਵਜ਼ ਮੈਂ ਬਲਵਿੰਦਰ ਸਿੰਘ ਢਿੰਡਾ ਸਾਹਿਬ ਪ੍ਰੋਗਰਾਮ ਖਬਰਾਂ ਦਾ ਨਿਚੋੜ ਲੈ ਕੇ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸੀਨੀਅਰ ਸਹਿਯੋਗੀ ਅਨਿਲ ਭਰਦਵਾਜ ਜੀ ਤਾਂ ਅੱਜ ਦੀਆਂ ਮੁੱਖ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਵੱਡੀ ਖਬਰ ਬਿਹਾਰ ਦੇ ਵਿੱਚ ਹੋ ਰਹੇ ਸਿਆਸੀ ਉਥਲ ਪਥਲ ਨੂੰ ਲੈ ਕੇ ਹੈ ਉਸ ਤੋਂ ਵੱਡੀ ਖਬਰ ਆ ਰਹੀਓ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਟਵੀਟ ਕਰਕੇ ਬੀਜੇਪੀ ਉੱਤੇ ਉਹਨਾਂ ਦੇ ਮੌਜੂਦਾ ਐਮਐਲਏ ਖਰੀਦਣ ਅਤੇ ਦਿੱਲੀ ਸਰਕਾਰ ਨੂੰ ਡੇਗਣ ਦੇ ਦੋਸ਼ ਲਗਾਏ ਗਏ ਨੇ ਤੀਜੀ ਖਬਰ ਆ ਜਿਹੜੀ ਉਹ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਹੈ ਅਤੇ ਚੌਥੀ ਖਬਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਇੰਡੀਆ ਅਲਾਈਅੰਸ ਦੇ ਨਾਲ ਜੁੜੀ ਹੋਈ ਹੈ ਤਾਂ ਇਹਨਾਂ ਖਬਰਾਂ ਉੱਤੇ ਅੱਜ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਬਿਹਾਰ ਦੇ ਨਾਲ ਜੁੜੀ ਹੋਈ ਹੈ ਬਿਹਾਰ ਦੇ ਵਿੱਚ ਅੱਜ ਵੱਡਾ ਸਿਆਸੀ ਉਥਲ-ਪੁਥਲ ਹੋ ਰਿਹਾ ਹੈ ਅਗਰ ਬੀਜੇਪੀ ਅਤੇ ਜੀਡੀਯੂ ਇਕੱਠੇ ਹੁੰਦੇ ਨੇ ਤਾਂ ਉਹਨਾਂ ਕੋਲ 123 ਵਿਧਾਇਕ ਹੋਣਗੇ ਬਹੁਮਤ ਲਈ 122 ਵਿਧਾਇਕਾਂ ਦੀ ਉੜਾ ਤਾਂ ਇਹ ਜਿਹੜਾ ਸੈਸੀ ਉਥਲ ਪੁਥਲ ਉੱਤੇ ਹੋ ਰਿਹਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਮਹੱਤਵਪੂਰਨ ਤੇ ਹੈਰਾਨੀਜਨਕ ਘਟਨਾਕ੍ਰਮ ਹੈ ਇਹ ਕਿਉਂਕਿ ਜਦੋਂ ਇੰਡੀਆ ਗਠਬੰਧਨ ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਨੀਤੀਸ਼ ਕੁਮਾਰ ਨੇ ਹੀ ਪਹਿਲ ਕੀਤੀ ਉਹਦੀ ਨੀਤੀਸ਼ ਕੁਮਾਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਕੋਲ ਗਏ ਇੱਕ ਇੱਕ ਕਰਕੇ ਉਹਨਾਂ ਨੇ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਕਿ ਐਨਡੀਏ ਦੇ ਖਿਲਾਫ ਆਪਾਂ ਗੱਠ ਜੋੜ ਬਣਾਈਏ ਤਾਂ ਕਿ ਆਉਣੀਆਂ ਚੋਣਾਂ ਚ ਲੋਕ ਸਭਾ ਚੋਣਾਂ ਚ ਜਿਹੜੀ ਵਿਰੋਧੀ ਵੋਟ ਹੈ ਉਹ ਵੰਡਣਾ ਹੋਵੇ ਤੇ ਬੀਜੇਪੀ ਨੂੰ ਰੋਕਿਆ ਜਾ ਸਕੇ ਉਸ ਤੋਂ ਬਾਅਦ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਲਾਲੂ ਪ੍ਰਸਾਦ ਯਾਦਵ ਉਹਨਾਂ ਦੇ ਨਾਲ ਆਏ ਕਾਂਗਰਸ ਨਾਲ ਆਈ ਐਨਸੀਪੀ ਨਾਲ ਆਈ ਮਮਤਾ ਬਨਰਜੀ ਨਾਲ ਆਏ ਤੇ ਲੈਫਟ ਪਾਰਟੀਆਂ ਆਈਆਂ ਨਾਲ ਇੱਕ ਗਠਬੰਧਨ ਜਿਹੜਾ ਹੈਗਾ ਉਹ ਉਹਨੂੰ ਸ਼ੇਪ ਮਿਲਣੀ ਸ਼ੁਰੂ ਹੋਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਪਟਨਾ ਚ ਮੀਟਿੰਗ ਹੋਈ ਬੈਂਗਲੁਰੂ ਚ ਹੋਈ ਮੁੰਬਈ ਚ ਹੋਈ ਉਹ ਤੋਂ ਬਾਅਦ ਦਿੱਲੀ ਚ ਮੀਟਿੰਗਾਂ ਹੋਈਆਂ ਪਰ ਚੱਲਦੇ-ਚੱਲਦੇ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਤਨਾ ਕਿਤੇ ਦਰਾਰ ਦਿਖਣੀ ਸ਼ੁਰੂ ਹੋ ਗਈ ਤੇ ਹੁਣ ਪਿੱਛੇ ਜਿਹੜੀ ਮੀਟਿੰਗ ਹੋਈ ਆ ਉਹਦੇ ਚ ਜਦੋਂ ਦੇਖਣ ਨੂੰ ਮਿਲਿਆ ਕਿ ਜਿੱਥੇ ਇਹ ਸੀਗਾ ਕਿ ਕਨਵੀਨਰ ਦੀ ਤੇ ਚੇਅਰਮੈਨ ਦੀ ਅਨਾਉਂਸਮੈਂਟ ਹੋਣੀ ਆ ਉਹਦੇ ਚ ਕਨਵੀਨਰ ਦਾ ਨਾਮ ਜਦੋਂ ਨਿਤਿਸ਼ ਕੁਮਾਰ ਦਾ ਆਇਆ ਤਾਂ ਕਿਤੇ ਨਾ ਕਿਤੇ ਖਟਾਸ ਉਸ ਸਮੇਂ ਤੱਕ ਪੈਦਾ ਹੋ ਚੁੱਕੀ ਸੀ ਔਰ ਉਹਨਾਂ ਨੇ ਕਨਵੀਨਰ ਦੇ ਬਣਨ ਤੋਂ ਇਨਕਾਰ ਕਰਤਾ ਇਸੇ ਕਰਕੇ ਜਿਹੜੀ ਮਲਿਕਾਰਜੁਨ ਖੜਗੇ ਨੂੰ ਚੇਅਰਮੈਨ ਬਣਾ ਦੀ ਅਨਾਊਂਸਮੈਂਟ ਹੈ ਉਹ ਵੀ ਆਫੀਸ਼ੀਅਲ ਨਹੀਂ ਹੋ ਸકી ਹਲੇ ਤੱਕ ਹਾਲਾਂਕਿ ਉਹ ਉਹਨਾਂ ਦਾ ਤੈ ਹੈ ਕਿ ਉਹ ਉਹ ਚੇਅਰਮੈਨ ਹੋਣਗੇ ਬਟ ਇਸ ਸਾਰੇ ਗਤੀਵਿਧੀਆਂ ਦੇ ਦੌਰਾਨ ਇਹ ਹੋ ਜਾਣਾ ਕਿ ਇਹ ਜਿਹੇ ਗੱਲਾਂ ਆਣੀਆਂ ਰ ਉੱਥੇ ਇੱਕ ਸਿਆਸੀ ਸੰਕਟ ਖੜਾ ਹੋ ਜਾਣਾ ਸੰਵਿਧਾਨਿਕ ਵੀ ਆਪਾਂ ਕਹਿ ਸਕਦੇ ਹਾਂ ਹਲੇ ਖੈਰ ਹਲੇ ਤਾਂ ਸਰਕਾਰ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਖਬਰਾਂ ਜੋ ਹੈਗੀਆਂ ਕਿ ਦੁਬਾਰਾ ਤੋਂ ਜਿਹੜਾ ਹੈ ਨਿਤੀਸ਼ ਕੁਮਾਰ ਐਨਡੀਆ ਦਾ ਹਿੱਸਾ ਬਣਨ ਜਾ ਰਹੇ ਆ ਉਹ ਖਬਰਾਂ ਕਾਫੀ ਅਹਿਮ ਹੈ ਖਾਸ ਕਰਕੇ 2024 ਦੀਆਂ ਚੋਣ ਦੀ ਲੋਕ ਸਭਾ ਚੋਣ ਦੀ ਆਪਾਂ ਗੱਲ ਕਰ ਲਈ ਔਰ ਉਹਦਾ ਔਰ ਇਸ ਚੀਜ਼ ਦਾ ਇੰਪੈਕਟ ਜਿਹੜਾ ਹੈਗਾ ਉਹ ਸਿਰਫ ਕੱਲਾ ਬਿਹਾਰ ਤੇ ਹੀ ਨਹੀਂ ਉਹ ਫਿਰ ਪੂਰੇ ਦਾ ਪੂਰਾ ਦੇਸ਼ ਦੀ ਦੇਖਣ ਨੂੰ ਮਿਲੇਗਾ ਤੇ ਜਿਹੜੀ ਚੀਜ਼ ਨੂੰ ਲੈ ਕੇ ਇਕੱਠੇ ਹੋ ਰਹੇ ਸੀ ਜਾਂ ਇਕੱਠੇ ਹੋ ਰਹੇ ਆ ਹਾਲਾਂਕਿ ਇਹ ਤਾਂ ਹਲੇ ਆਉਣ ਵਾਲੇ ਕੋਈ ਸਮੇਂ ਚ ਕਲੀਅਰ ਹੋ ਜਾਏਗਾ ਕਿ ਕਿਸ ਪਾਸੇ ਨੂੰ ਚੀਜ਼ ਤੁਰਦੀ ਹੈ ਬਟ ਮਗਰ ਨਦੀਸ਼ ਕੁਮਾਰ ਬੀਜੇਪੀ ਦੇ ਨਾਲ ਆੰਨੇ ਆ ਦਾ ਜਿਵੇਂ ਤੁਸੀਂ ਦੱਸਿਆ ਉਹਨਾਂ ਕੋਲ ਬਹੁਮਤ ਦਾ ਅੰਕੜਾ ਤਾਂ ਹੈ ਗਈ ਹੈ ਸਰਕਾਰ ਦੀ ਮਤਲਬ ਆਪਾਂ ਕਹਿ ਲਈਏ ਕਿ ਅਹਿਮियत ਤਾਂ ਖਰ ਸਰਕਾਰ ਬਦਲੇਗੀ ਤਾਂ ਉਸ ਚੀਜ਼ ਦੀ ਵੀ ਹੈਗੀ ਬਟ ਅਹਿਮियत ਇਹਦੀ ਜੋ ਇੰਪੈਕਟ 2024 ਦੇ ਚੋਣਾਂ ਤੇ ਹੋਏਗਾ ਇੰਡੀਆ ਗਠਜੋਤਨ ਤੇ ਹੋਏਗਾ ਉਹ अहमियत ਕਿਤੇ ਜ਼ਿਆਦਾ ਤਾਂ ਅਗਲੀ ਖਬਰ ਦਾ ਰੁਕ ਕਰੀਏ ਤਾਂ ਅਰਵਿੰਦ ਕੇ ਜੀ ਵੱਲੋਂ ਇੱਕ ਟਵੀਟ ਕੀਤਾ ਗਿਆ ਇਲਜ਼ਾਮ ਲਗਾਏ ਗਏ ਨੇ ਕਿ ਬੀਜੇਪੀ ਦੇ ਵੱਲੋਂ ਉਹਨਾਂ ਦੇ ਐਮਐਲਏ ਖਰੀਦਣ ਅਤੇ ਸਰਕਾਰ ਡਿਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਕਿਵੇਂ ਦੇਖਦੇ ਹਾਂ ਦੇਖੋ ਪਹਿਲਾਂ ਵੀ ਇਹ ਗੱਲਾਂ ਆndੀਆਂ ਰਹੀਆਂ ਲਗਾਤਾਰ ਜਿਹੜੀ ਟਸਲ ਹੈ ਦਿੱਲੀ 'ਚ ਚਲਦੀ ਰਹਿੰਦੀ ਹੈ ਦਿੱਲੀ ਗਵਰਨਮੈਂਟ ਦੀ ਸੈਂਟਰ ਗਵਰਨਮੈਂਟ ਦੇ ਨਾਲ ਲੜਾਈ ਜਿਹੜੀ ਹੈ ਸਿਆਸੀ ਲੜਾਈ ਜਿਹੜੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਹ ਇਲਜ਼ਾਮਬਾਜ਼ੀ ਜਿਹੜੀ ਹੈ ਇਹ ਚਲਦੀ ਰਹਿੰਦੀ ਹੈ ਕਿ ਇਸ ਗਿਸਟ੍ਰਿਕ ਦੇ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਆਪਾਂ ਜਿਹੜੇ ਆਪਣਾ ਸ਼ਰਾਬ ਨਾਲ ਸੰਬੰਧਿਤ ਐਕਸਾਈਜ਼ ਪਾਲਿਸੀ ਨਾਲ ਸੰਬੰਧਿਤ ਜਿਹੜੀ ਨੀਤੀ ਹੈ ਉਹਦੇ ਤੋਂ ਜੋ ਸਵਾਲ ਉੱਠੇ ਉਹਦੇ ਚ ਇਹਨਾਂ ਦੇ ਜਿਹੜੇ ਕਈ ਲੀਡਰਸ ਹੈਗੇ ਉਹਨਾਂ ਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਚੱਲ ਰਹੀ ਹੈ ਮਨੀਸ ਸੋਦੀਆ ਤੇ ਉਹਨਾਂ ਨੂੰ ਮਤਲਬ ਆਪਣਾ ਇਸ ਵੇਲੇ ਜਿਹੜੇ ਹੈਗੇ ਉਹ ਉਹ ਵੀ ਉਹਨਾਂ ਤੇ ਕਾਰਵਾਈ ਹੋਈ ਹੈ ਹੋਰ ਵੀ ਲੀਡਰਸ ਹੈਗੇ ਸੰਜੇ ਸਿੰਘ ਆ ਤੇ ਉਸ ਤੋਂ ਬਾਅਦ ਹੁਣ ਉਹ ਸਾਰੇ ਕਸ ਵਿਚਾਰ ਇਹ ਇੱਕ ਨਵੀਂ ਚੀਜ਼ ਜਿਹੜੀ ਆ ਉਹ ਸਾਹਮਣੇ ਆਈ ਹੈ ਤੇ ਜੋ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਉਹਦਾ ਇਹੀ ਹੈ ਕਿ ਇਹ ਹੁਣ ਤੱਕ 7 ਐਮਐਲਏ ਜਿਹੜੇ ਨੇ ਸੰਪਰਕ ਕੀਤਾ ਹਾਲਾਂਕਿ ਦਾਵਾ ਜਿਹੜਾ ਹੈ ਉਹ 21 ਦਾ ਕਰ ਰਹੇ ਆ ਬਟ 7 ਨੂੰ ਕੀਤਾ ਤੇ ਸਾਡੇ 7 ਦੇ 7 ਜਿਹੜੇ ਐਮਐਲਏਸ ਹੈਗੇ ਉਹਨਾਂ ਨੇ ਇਨਕਾਰ ਕਰਤਾ ਉਹ ਬਿਲਕੁਲ ਸਾਡੇ ਨਾਲ ਹੈ ਤੇ ਇਹੀ ਆ ਉਹਨਾਂ ਦਾ ਕਿ ਇੱਕ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ 2024 ਦੀਆਂ ਚੋਣਾਂ ਨੂੰ ਲੈ ਕੇ ਵੀ ਇਹ ਗਤੀਵਿਧੀਆਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਹਨ ਉਹਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਆ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਮਜ਼ਬੂਤ ਹਾਂ ਤੇ ਅਸੀਂ ਕਿਸੇ ਵੀ ਤਰੀਕੇ ਨਾਲ ਡਰਨ ਵਾਲੇ ਨਹੀਂ ਤੇ 24 ਦੇ ਵਿੱਚ ਜਿਹੜਾ ਹੈ ਦਿੱਲੀ ਦੇ ਵਿੱਚ ਅਸੀਂ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਇੰਡੀਆ ਗਠਜੰਬੰਦਨ ਦੇ ਤਹਿਤ ਅਸੀਂ ਲੜਾਈ ਜਿਹੜੀ ਆ ਉਹ ਲੜਾਂਗੇ ਦੂਜੇ ਪਾਸੇ ਬੀਜੀ ਹਮੇ ਬੀਜਪੀ ਵੱਲੋਂ ਹਮੇਸ਼ਾ ਹੀ ਇਹ ਕਿਹਾ ਜਾਂਦਾ ਰਿਹਾ ਹੈ ਹਾਲਾਂਕਿ ਇਸ ਜੋ ਅੱਜ ਦਾ ਜੋ ਟਵੀਟ ਹੈ ਅਰਵਿੰਦ ਕੇਜਰੀਵਾਲ ਦਾ ਉਸ ਤੇ ਬੀਜੇਪੀ ਦਾ ਅਫੀਸ਼ੀਅਲ ਰਿਐਕਸ਼ਨ ਆਣਾ ਅਜੇ ਬਾਕੀ ਹੈ ਬਟ ਉਹਨਾਂ ਵੱਲੋਂ ਜੋ ਪਹਿਲਾਂ ਕਿਹਾ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀਆਂ ਹੈ ਗਲਤ ਇਲਜ਼ਾਮ ਬਾਜ਼ੀਆਂ ਕਰਦੀ ਹੈ ਦੇਖਣਾ ਹੋਵੇਗਾ ਇਹ ਇਹ ਸਿਆਸੀ ਘਟਨਾਕ੍ਰਮ ਕਿਸ ਪਾਸੇ ਨੂੰ ਜਾਂਦਾ ਬਟ ਕਾਫੀ ਅਹਿਮ ਜਿਹੜਾ ਹੈ ਅਰਵਿੰਦ ਕੇਜਰੀਵਾਲ ਵੱਲੋਂ ਜੋ ਬਿਆਨ ਆਇਆ ਹੈ ਇਹ ਇਸ ਦੀ ਕਾਫੀ ਅਹਿਮੀਅਤ ਆਪਾਂ 2024 ਦੇ ਚੋਣਾਂ ਦੇ ਨਾਲ ਹੀ ਜੋੜ ਕੇ ਦੇਖ ਲਈਏ ਤਾਂ ਕਾਫੀ ਅਹਿਮੀਅਤ ਦੀ ਗੱਲ ਹੈ ਦਾ ਮੌਸਮ ਦੇ ਵਿੱਚ ਜਰੂਰ ਲੋਕਾਂ ਨੂੰ ਰਾਹਤ ਮਿਲਦੀ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਹੁਣ ਦਿਨ ਦੇ ਵਿੱਚ ਧੁੱਪ ਨਿਕਲਣੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਹਾਂ ਕਾਫੀ ਅੱਜ ਕਾਫੀ ਮੌਸਮ ਖੁੱਲਿਆ ਹੈ ਕੱਲ ਕੱਲ ਵੀ ਦਿਨੇ ਧੁੱਪ ਠੀਕ ਠਾਕ ਰਹੀ ਹੈ ਤੇ ਅੱਜ ਮੌਸਮ ਖੁੱਲਿਆ ਤਾਂ ਜੋ ਨੁਕਸਾਨ ਜਿਹੜਾ ਪਿਛਲੇ ਦਿਨੀ ਹੋਇਆ ਹੈ ਉਹ ਤਾਂ ਜੋ ਨੁਕਸਾਨ ਹੋ ਗਿਆ ਸੋ ਹੋ ਗਿਆ ਬਟ ਹੁਣ ਇਹ ਵੀ ਲਾਈਫ ਜਿਹੜਾ ਲੱਗ ਰਿਹਾ ਕਿ ਨਾਰਮਲ ਹੋਏਗੀ ਛੁੱਟੀਆਂ ਦਾ ਵੀ ਜਿਹੜਾ ਹੈਗਾ ਬੱਚਿਆਂ ਦੀ ਪੜ੍ਹਾਈ ਤੇ ਜੋ ਅਸਰ ਹੋ ਰਿਹਾ ਸੀ ਉਹਦਾ ਵੀ ਤੇ ਰੋਜ਼ਗਾਰ ਤੇ ਵੀ ਜੋ ਨੁਕਸਾਨ ਜਿਹੜਾ ਹੋ ਰਿਹਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੱਗ ਰਿਹਾ ਕਿ ਹੁਣ ਠੀਕ ਪਾਸੇ ਡੜੀਆਂ ਤੁਰਨ ਕੀ ਪੰਜਾਬ ਦੇ ਵਿੱਚ ਇੰਡੀਆ ਐਲਾਈਂਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਖਿੱਚੋ ਤਾਣਾ ਜਿਹੜੀ ਲਗਾਤਾਰ ਵਰਕਰਾਰਾ ਪਿਛਲੇ ਜੇ ਦਿਨ ਮੁੱਖ ਮੰਤਰੀ ਪ੍ਰਗਮਤਮਾਨ ਫਿਰ ਤੋਂ ਆਪ ਦਾ 130 ਦਾ ਨਾਰਾ ਦੰਦੇ ਨੇ ਭਾਰਤ ਪੂਸ਼ਣ ਆਸ਼ੂ ਦਾ ਬਿਆਨ ਆ ਜਿਹੜਾ ਇਸ ਮਸਲੇ ਉੱਤੇ ਆਉਂਦਾ ਹੈ ਤਾਂ ਪੰਜਾਬ ਦੇ ਵਿੱਚ ਗੱਠਜੋੜ ਦੀ ਕੀ ਸਥਿਤੀ ਦੇਖ ਦਿਓ ਆ ਦੇਖੋ ਜਿਹੜਾ ਘਟਨਾਕਰਮ ਜਿਹੜਾ ਬਿਹਾਰ ਦਾ ਹੈਗਾ ਹੁਣ ਬਿਹਾਰ ਦਾ ਉਸ ਤੋਂ ਪਹਿਲਾਂ ਮਮਤਾ ਬਨਰਜੀ ਬੰਗਾਲ ਦੇ ਵਿੱਚ ਉਹ ਉਹ ਵੀ ਕਿਤੇ ਨਾ ਕਿਤੇ ਜਿਹੜੀ ਹੈ ਇੱਕ ਦਰਾਰ ਦੇਖੀ ਹੈ ਇੰਡੀਆ ਗੱਠਬੰਧਨ ਦੇ ਵਿੱਚ ਕਿ ਤ੍ਰਿੰਦੂਲ ਕਾਂਗਰਸ ਕਾਂਗਰਸ ਔਰ ਜਿਹੜੇ ਆਪਣੇ लेफ्ट ਪਾਰਟੀਆਂ ਹੈਗੀਆਂ ਉਹ ਬੰਗਾਲ ਚ ਨਹੀਂ ਲੱਗ ਰਿਹਾ ਕਿ ਇਕੱਠੇ ਹੋ ਕੇ ਤੁਰਣ ਗਿਆ ਜੀ ਬਿਹਾਰ ਦੇ ਵਿੱਚ ਹਲੇ ਮਤਲਬ ਸਿਆਸੀ ਹਾਲਾਤ ਜਿਹੜੀ ਆ ਉਹ ਤਾਂ ਕਾਫੀ ਜ਼ਿਆਦਾ ਅਹਿਮਿਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਉਹੀ ਆ ਕਿ ਮੇਨ ਜੋ ਹਿੱਸੇ ਹੈਗੇ ਦੋ ਕਾਂਗਰਸ ਹੋਰ ਆਮ ਆਦਮੀ ਪਾਰਟੀ ਉਹ ਇਕੱਠੇ ਹੋ ਕੇ ਨਹੀਂ ਚੱਲ ਰਹੇ ਆਪਣੇ ਆਪਣੇ ਤੌਰ ਤੇ ਚੱਲ ਰਹੇ ਆ ਕਿਸੇ ਰਣਨੀਤੀ ਕਿਸ ਰਣਨੀਤੀ ਦਾ ਹਿੱਸਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਰਾਗਵ ਚੱਡਾ ਨੇ ਜਦੋਂ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਉਹਦੇ ਵਿੱਚ ਸਾਫ਼ ਕਿਹਾ ਸੀ ਕਿ ਅਸੀਂ ਇੰਡੀਆ ਗਠਬੰਧਨ ਜਿਹੜਾ ਹੈਗਾ ਜਦੋਂ ਮੇਅਰ ਚੋਣ ਦੀ ਆਪਾਂ ਗੱਲ ਕਰੀਏ ਚੰਡੀਗੜ੍ਹ ਦੀ ਜਦੋਂ ਇਹ ਹੋਇਆ ਕਿ ਅਸੀਂ ਇੱਥੇ ਇਕੱਠੇ ਹੋਗੇ ਤੁਸੀਂ ਜਿੱਤਾਂਗੇ ਤੇ ਉਸੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਗਠਬੰਧਨ ਜਿਹੜਾ ਹੈਗਾ ਇਹ ਪੂਰੇ ਦੇਸ਼ 'ਚ ਇਕਜੁੱਟ ਹੋ ਕੇ ਚੱਲੇਗਾ ਤੇ ਕਈ ਸਟੇਟਾਂ 'ਚ ਇਕੱਠੇ ਹੋ ਕੇ ਚੋਣ ਲੜੇਗਾ ਕਈ ਸਟੇਟਾਂ 'ਚ ਇਕੱਠੇ ਨਹੀਂ ਵੀ ਲੜੇਗਾ ਅਲੱਗ-ਅਲੱਗ ਲੜੇਗਾ ਉਹ ਇੱਕ ਇੱਕ ਰਣਨੀਤੀ ਹੈ ਰਣਨੀਤੀ ਦਾ ਅਸੀਂ ਚੱਲਣਾ ਤੇ ਦੇਖਣਾ ਹੋਏਗਾ ਗੱਠ ਜੋੜ ਦੀ ਰਣਨੀਤੀ ਕਿੰਨੀ ਕਾਮਯਾਬ ਹੁੰਦੀ ਹੈ ਅੱਗੇ ਬਟ ਫਿਲਹਾਲ ਦੇ ਜੋ ਸਿਆਸੀ ਘਟਨਾ ਚੱਕਰ ਜਿਹੜਾ ਹੈਗਾ ਉਹ ਜਿਹੜੇ ਸੰਕੇਤ ਹੈ ਉਹ ਕੁਝ ਨਵੀਂ ਤਰ੍ਹਾਂ ਦੀ ਰਾਜਨੀਤੀ ਹੋਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਪਾਸੇ ਨੂੰ ਜਿਹੜਾ ਸਿਆਸੀ ਘਟਨਾ ਕਟਨਾਕ੍ਰਮ ਜਿਹੜਾ ਹੈਗਾ ਉਹ ਤੁਰੇਗਾ ਤਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹੋ ਕਿ ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਨਹੀਂ ਹੁੰਦੇ ਤਾਂ ਬੀਜੇਪੀ ਨੂੰ ਇਸ ਦਾ ਫਾਇਦਾ ਮਿਲੇਗਾ ਤਾਂ ਹੁਣ ਬਿਹਾਰ ਦੀ ਘਟਨਾ ਵਾਪਰੀ ਹੈ ਤਾਂ ਪੰਜਾਬ ਦੇ ਵਿੱਚ ਕਿਵੇਂ ਬੀਜੇਪੀ ਦੀ ਸਥਿਤੀ ਦੇਖਦੇ ਹੋ ਅਗਰ ਅਲਾਈਅੰਸ ਨਹੀਂ ਹੁੰਦਾ ਦੇਖੋ ਬੀਜੇਪੀ ਦੀ ਸਥਿਤੀ ਜਿਹੜੀ ਹੈਗੀ ਉਹ ਬੀਜੇਪੀ ਨੇ ਬੇਸਿਕਲੀ ਆਪ ਦੇਖੀ ਕਿ ਲੋਕ ਸਭਾ ਚੋਣ ਦੀ ਵਿੱਚ ਇੱਕ ਤਰ੍ਹਾਂ ਦਾ ਇੱਕ ਸ਼ੁਰੂਆਤ ਹੋਣੀ ਹੈ ਉਹਨਾਂ ਦੀ ਇਸ ਸਾਲ ਜੀ ਅਗਰ ਉਹ ਇਕੱਲੇ ਚੋਣ ਲੜਦੇ ਆ ਅਗਰ ਅਕਾਲੀ ਦਲ ਨਾਲ ਗਠਬੰਧਨ ਹੁੰਦਾ ਤਾਂ ਉਹ ਵੀ ਇੱਕ ਨਵੀਂ ਤਰ੍ਹਾਂ ਦੀ ਸ਼ੁਰੂਆਤ ਹੋਏਗੀ ਕਿਉਂਕਿ ਪਹਿਲਾਂ ਉਹ 10 ਦਿਨ ਦਾ ਗਠਬੰਧਨ ਹੁੰਦਾ ਰਿਹਾ ਹੁਣ ਜੇ ਗਠਬੰਧਨ ਹੋਏਗਾ ਕੋਈ ਤਾਂ ਫਿਰ ਉਹ ਅੱਧੀ ਅੱਧੀਆਂ ਸੀਟਾਂ ਦਾ ਹੀ ਹੋਏਗਾ ਜੀ ਤੇ ਇਸੇ ਤਰੀਕੇ ਦੇ ਨਾਲ ਅਗਰ ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਚੋਣ ਲੜਦੀ ਹੈ ਤੇ ਰੰਦੀ ਤੇ ਨਾ ਸੀਟਾਂ ਜੋ ਕਿ ਉਹ ਕਹਿੰਦੇ ਕਿ ਅਸੀਂ ਤਿਆਰੀ ਪੂਰੀ ਕਰੀ ਹੋਈ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਨਵੀਂ ਚੋਣਪੜ ਹੋਏਗੀ ਇਹਦੀ ਜਿਹਦੇ ਚੋਂ ਉਤਰਣਗੇ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਅਮ੍ਰਿਤਸਰ ਲੁਧਿਆਣਾ ਪਟਿਆਲਾ ਸੰਗਰੂਰ ਫਿਰੋਜ਼ਪੁਰ ਤੇ ਇਹ ਇਹ ਸੀਟਾਂ ਐਸੀਆਂ ਸੀਟਾਂ ਹੈਗੀਆਂ ਅਨਸ਼ ਸ਼ਰੀਰਨੰਦਪੁਰ ਸਾਹਿਬ ਵੀ ਇਹ ਕੁਝ ਸੀਟਾਂ ਐਸੀਆਂ ਜਿਨ੍ਹਾਂ ਤੇ ਭਾਰਤੀ ਜਨਤਾ ਪਾਰਟੀ ਦਾ ਕਾਟਰ ਬੇਸ ਹੈਗਾ ਜੀ ਉਹ ਵੋਟ ਤਾਂ ਉਹਨਾਂ ਕੋਲ ਹੈ ਬਟ ਮਾਸ ਵੋਟ ਜਿਹੜੀ ਹੈ ਜਿਹੜੀ ਚਾਹੀਦੀ ਹੈ ਜਿਹੜੀ ਕਿ ਇੱਕ ਲਹਿਰ ਦੇ ਤਹਿਤ ਕਹਿ ਲਈ ਆਪਾਂ ਕਿਸੇ ਤਰੀਕੇ ਨਾਲ ਉਹ ਆਵੇ ਉਹ ਦੇਖਣ ਵਾਲੀ ਚੀਜ਼ ਹੋਏਗੀ ਕਿ ਉਹ ਆਂਦੀ ਹੈ ਜਾਂ ਨਹੀਂ ਆਂਦੀ ਦੂਜੇ ਪਾਸੇ ਜਿੱਦ ਤੱਕ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਉਹਨਾਂ ਦਾ ਆਲਰੇਡੀ ਕਿਉਂਕਿ ਉਹਨਾਂ ਦੀ ਸਰਕਾਰ ਇਕੱਲੇ ਵੀ ਰਹਿ ਚੁੱਕੀ ਹੈ ਉਹ ਇਸ ਸਮੇਂ ਪ੍ਰਿੰਸੀਪਲ اپੋਜੀਸ਼ਨ ਪਾਰਟੀ ਹੈ ਪੰਜਾਬ ਦੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੀ ਸਰਕਾਰ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਪਿਛਲੀ ਚੋਣ ਜਿਹੜੀ ਹੈ ਉਹਦੇ ਚ ਵੀ ਜਲੰਧਰ ਜਿਮਨੀ ਚੋਣ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਠੀਕ ਰਿਹਾ ਉਸ ਹਿਸਾਬ ਨਾਲ ਗੱਲ ਕਰ ਲਈਏ ਤੇ ਅਕਾਲੀ ਜਲਦੀ ਸਰਕਾਰ ਵੀ ਇੱਥੇ ਜਿਹੜੀ ਹੈ ਉਹ ਰਹਿੰਦੀ ਰਹੀ ਹਾਲਾਂਕਿ ਉਹ ਚ ਭਾਈਵਾਲੀ ਚ ਭਾਰਤੀ ਜਨਤਾ ਪਾਰਟੀ ਵੀ ਉਹਦੇ ਸ਼ਾਮਲ ਹੁੰਦੀ ਸੀ ਸੋ ਇਹ ਲਗਤਰਾਂ ਦੀ ਇੱਕ ਚੋਣ ਜਿਹੜੀ ਹੈ ਪੰਜਾਬ ਚ ਦੇਖਣ ਨੂੰ ਮਿਲੇਗੀ ਕਿਸ ਪਾਸੇ ਨੂੰ ਜਾਏਗੀ ਇਸ ਵੇਲੇ ਕਹਣਾ ਇਹ ਆਪਣਾ ਬਿਲਕੁਲ ਸਟੀਕ ਜੇ ਕੋਈ ਟਿੱਪਣੀ ਕਰਨਾ ਚਾਹੀਏ ਤਾਂ ਉਹ ਨਹੀਂ ਹੋ ਸਕਦੀ ਕਿਉਂਕਿ ਹਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਬਦਲ ਰਹੀਆਂ ਹਨ ਹਰ ਰੋਜ਼ ਜਿਹੜਾ ਕਟਨਾਕਰਮ ਹੈ ਉਹ ਬਦਲ ਰਿਹਾ ਹੈ ਤੇਜ਼ੀ ਨਾਲ ਬਦਲ ਰਿਹਾ ਹੈ ਸੋ ਉਹ ਵੇਟ ਕਰਨੀ ਪਵੇਗੀ ਬਟ ਇਹ ਜ਼ਰੂਰ ਹੈ ਕਿ ਬੜਾ ਦਿਲਚਸਪ ਮੁਕਾਬਲਾ ਪਹਿਲੇ ਚੋਣਾ ਨਾਲੋਂ ਵੀ ਦਿਲਚਸਪ ਮੁਕਾਬਲੇ ਜਿਹੜਾ ਇਸ ਵੇਲੇ ਪੰਜਾਬ ਚ ਮੁਕਾਬਲਾ ਵੀ ਤੇ ਸਮੀਕਰਨ ਵੀ ਉਹ ਦੇਖਣ ਨੂੰ ਮਿਲ ਰਹੇ ਹਨ ਤਾਂ ਲਗਾਤਾਰ ਰਾਜਨੀਤਿਕ ਸਮੀਕਰਨ ਜਿਹੜੇ ਉਹ ਬਦਲ ਰਹੇ ਨੇ ਅੱਜ ਬਿਹਾਰ ਦੇ ਵਿੱਚ ਵੱਡੀ ਉਥਲ ਪੁਤਲ ਹੋ ਰਹੀ ਆ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਪਿਛਲੇ 10 ਸਾਲਾਂ ਦੇ ਮੁਕਾਬਲੇ ਰਾਜਨੀਤੀ ਦੇ ਵਿੱਚ ਵੱਡੇ ਉਤਾਰ ਚੜਾਅ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ 2024 ਦੀਆਂ ਚੋਣਾਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਦੀਆਂ ਰਹਿਣ ਵਾਲੀਆਂ ਨੇ ਤਾਂ ਲਗਾਤਾਰ ਤੁਹਾਨੂੰ ਦੇਸ਼ ਭਰ ਦੀਆਂ ਖਬਰਾਂ ਵੀ ਦਿਖਾਉਂਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਫੈਕਟਿਵਜ਼ ਦੇ ਨਾਲ